ਇਹ ਹੈ CBN ਦੀ ਪੇਸ਼ਕਸ਼ ਤੇ ਤੁਸੀਂ ਵੇਖ ਰਹੇ ਹੋ ਇੱਕ ਨਵੀਂ ਜ਼ਿੰਦਗੀ ਅੱਜ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਦੇਖਾਂਗੇ ਅਤੇ ਮਿਲਾਂਗੇ ਇੱਕ ਪ੍ਰਸਿੱਧ ਫੋਟੋਗ੍ਰਾਫਰ ਦੇ ਨਾਲ ਤੇ ਜਾਣਾਂਗੇ ਉਹਨਾਂ ਦੀ ਸਫਲਤਾ ਦਾ ਰਾਜ਼ ਮਿਲਾਂਗੇ ਇੱਕ ਐਸੇ ਮਨੁੱਖ ਦੇ ਨਾਲ ਜਿਸ ਨੂੰ ਮਿਲਿਆ ਸੱਚਾਈ ਦਾ ਮਾਰ ਦੇਖਾਂਗੇ ਕਿਸ ਤਰ੍ਹਾਂ CBN ਫਾਊਂਡੇਸ਼ਨ ਦੇ ਦੁਆਰਾ ਮਾਸੂਮ ਬੱਚਿਆਂ ਨੂੰ ਬਿਹਤਰ ਸਿੱਖਿਆ ਪਾਉਣ ਦਾ ਮਿਲ ਰਿਹਾ ਹੈ ਅਵਸਰ ਕਰਾਂਗੇ ਤੁਹਾਡੇ ਲਈ ਪ੍ਰਾਰਥਨਾ ਤੇ ਸੁਣਾਂਗੇ ਇੱਕ ਗੀਤ ਦਾ ਸੰਦੇਸ਼ਾ ਲਿਆਏ ਇਹ ਦਿਨ ਹੈ ਆਸ਼ਾ ਭਰਿਆ ਇੱਕ ਨਵੀਂ ਤਾਜ਼ਗੀ ਪਾਈ ਆਓ ਹੱਸੀਏ ਗਾਈਏ ਤੇ ਨੱਚੀਏ ਇੱਕ ਨਵੀਂ ਜ਼ਿੰਦਗੀ ਪਾਈ ਇੱਕ ਨਵੀਂ ਜ਼ਿੰਦਗੀ ਪਾਈ ਇੱਕ ਨਵੀਂ ਜ਼ਿੰਦਗੀ ਪਾਈ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਨਮਸਕਾਰ ਨਮਸਕਾਰ ਦੋਸਤੋ ਇੱਕ ਨਵੀਂ ਜ਼ਿੰਦਗੀ 'ਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਹਾਂ ਅਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਪ੍ਰੇਰਣਾ ਮਿਲੇਗੀ ਉਤਸ਼ਾਹ ਮਿਲੇਗਾ ਤਾਂ ਜੋ ਤੁਸੀਂ ਆਪਣੇ ਜੀਵਨ ਨੂੰ ਇੱਕ ਉਤਸ਼ਾਹ ਦੇ ਨਾਲ ਅੱਗੇ ਸ਼ੁਰੂਆਤ ਕਰ ਸਕੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਬਹੁਤ ਹੀ ਖਾਸ ਪਰਸਨੈਲਿਟੀ ਦੇ ਨਾਲ ਸ਼ਿਰਾਜ਼ ਹੈਨਰੀ ਦੇ ਨਾਲ ਇੱਕ ਮਸ਼ਹੂਰ ਫੋਟੋਗ੍ਰਾਫਰ ਨੇ ਪਰ ਤੁਸੀਂ ਜਦੋਂ ਜਾਣੋਗੇ ਕਿ ਇਹਨਾਂ ਦੇ ਜੀਵਨ ਦੇ ਵਿੱਚ ਪ੍ਰੇਰਣਾ ਦਾ ਰਾਜ਼ ਕੀ ਹੈ ਤੇ ਤੁਸੀਂ ਬਹੁਤ ਹੀ ਹੈਰਾਨ ਹੋਵੋਗੇ ਆਓ ਮਿਲਦੇ ਹਾਂ ਸ਼ਿਰਾਜ਼ ਜੀ ਦੇ ਨਾਲ ਅਤੇ ਜਾਣਦੇ ਹਾਂ ਕਿ ਕਿੱਥੋਂ ਮਿਲੀ ਉਹਨਾਂ ਨੂੰ ਇਹ ਪ੍ਰੇਰਣਾ ਕਿੱਥੋਂ ਆਉਂਦਾ ਹੈ ਨਵਾਂ ਉਤਸ਼ਾਹ ਅਤੇ ਕਿਸ ਤਰ੍ਹਾਂ ਤੁਸੀਂ ਵੀ ਪਾ ਸਕਦੇ ਹੋ ਇਸ ਨਵੇਂ ਉਤਸ਼ਾਹ ਨੂੰ ਇਸ ਗੱਲਬਾਤ ਨੂੰ ਤੁਹਾਡੇ ਤੱਕ ਲੈ ਕੇ ਆਈ ਹੈ ਸਾਡੀ ਪ੍ਰੋਡਿਊਸਰ ਰੋਲੇ ਗ੍ਰੇਸ ਮੇਰੀ ਪਹਿਲੀ ਮੂਵੀ ਥੀ 2003 ਮੈਂ ਉਹ ਥੀ ਕਗਾਰ ਜਿਸ ਪੇ ਮੈਨੇ ਸਿਰਫ ਐਜ ਏ ਫੋਟੋਗ੍ਰਾਫਰ ਕਾਮ ਕੀਆ ਥਾ ਔਰ ਪੋਸਟਰਸ ਵਗੈਰਾ ਬਣਾਏ ਥੇ ਵੋ ਐਕਚੁਲੀ ਇੱਕ ਪ੍ਰਕਾਰ ਸੇ ਆਪ ਕਹਿ ਸਕਤੇ ਹੈਂ ਮੇਰਾ ਹੋਮ ਪ੍ਰੋਡਕਸ਼ਨ ਥਾ ਕਿਉਂਕਿ ਉਹ ਮੇਰੇ ਬ੍ਰਦਰ ਕੀ ਫਿਲਮ ਥੀ ਤੋ ਉਹਨੇ ਬੋਲਾ ਕਿ ਭਾਈ ਆਪ ਫੋਟੋਗ੍ਰਾਫੀ ਵਗੈਰਾ ਇਹ ਸਭ ਇਤਨਾ ਅੱਛਾ ਕਰਤੇ ਹੈ ਤੋ ਵਾਈ ਡੋਂਟ ਯੂ ਕਮ ਟੂ ਮੁੰਬਈ ਦੈਟਸ ਹਾਊ ਆਈ ਕੇਮ ਟੂ ਮੁੰਬਈ ਮੇਰੇ ਡੈਡ ਜੋ ਕਿ ਅਬ ਇਸ ਦੁਨੀਆ ਮੇਂ ਨਹੀਂ ਹੈ ਹੀ ਵਾਜ਼ ਏ ਵੈਰੀ ਗੁੱਡ ਪੇਂਟਰ ਔਰ ਬਚਪਨ ਸੇ ਮੁਝੇ ਉਹਨਾਂ ਪੇਂਟਿੰਗ ਵਗੈਰਾ ਕਾਫੀ ਸਿਖਾਈ ਔਰ ਮੂਵੀਜ਼ ਔਰ ਯੂ ਕੈਨ ਸੇ ਕੈਮਰਾਜ਼ ਵਗੈਰਾ ਮੁਝੇ ਕਾਫੀ ਉਹਨਾਂ ਨੇ ਗਿਫਟ ਦੀਏ ਇਸ ਤਰੀਕੇ ਸੇ ਮੈਂ ਇਸ ਆਰਟ ਸੇ ਤੋ ਮੈਂ ਬਚਪਨ ਸੇ ਜੁੜਾ ਹੁਆ ਥਾ ਲੇਕਿਨ ਇਹ ਸਭ ਕੈਸੇ ਹੋਤਾ ਹੈ ਕੈਸੇ ਕਾਮ ਹੋਤਾ ਹੈ ਪੋਸਟਰਸ ਕੈਸੇ ਬਣਤੇ ਫੋਟੋਗ੍ਰਾਫੀ ਕੈਸੇ ਕਰਤੇ ਹੈ ਲਾਈਟਿੰਗ ਕੈਸੇ ਹੋਤੀ ਆਈ ਵਾਸ ਨਿਲ ਵੈਨ ਆਈ ਕੇਮ ਟੂ ਮੁੰਬਈ ਲੇਕਿਨ ਯਹਾਂ ਆ ਕੇ ਸਭਸੇ ਪਹਿਲੇ ਮੈਂ ਕੁਛ ਯਹਾਂ ਕੇ ਜੋ ਤਿੰਨ ਚਾਰ ਬੜੇ ਫੋਟੋਗ੍ਰਾਫਰਸ ਥੇ ਉਨਕੇ ਪਾਸ ਮੈਂ ਗਿਆ ਐਂਡ ਆਈ ਸੋ ਕਿ ਉਹ ਲੋਕ ਕੈਸਾ ਕਾਮ ਕਰ ਰਹੇ ਹੈ ਆਪ ਬੋਲ ਸਕਤੇ ਕਿ 3 ਸੇ 6 ਮਹੀਨੇ ਮੈਨੇ ਸਭ ਕੁਛ ਸਿੱਖ ਲਿਆ ਤਬ ਮੁਝੇ ਕਾਮ ਆਨੇ ਲਗਾ ਐਡਸ ਕਾ ਜਵੈਲਰੀ ਐਡਸ ਕਾ ਫੈਸ਼ਨ ਜੋ ਫੋਟੋਗ੍ਰਾਫੀ ਉਸਕਾ ਕਾਮ ਆਨੇ ਲਗਾ ਤੋ ਮੈਨੇ ਕਾਫੀ ਬੜੀ ਬੜੀ ਮਾਡਲਸ ਕੇ ਸਾਥ ਕਾਮ ਕੀਆ ਔਰ ਦੈਨ ਆਈ ਬਿਕੇਮ ਕਾਇੰਡ ਆਫ ਸੈਲੀਬ੍ਰਿਟੀ ਫੋਟੋਗ੍ਰਾਫਰ ਤੋ 2010 ਸੇ ਮੈਨੇ ਫਿਰ ਡਾਇਰੈਕਸ਼ਨ ਫੀਲਡ ਮੈਂ ਜੋ ਮੇਰੀ ਸਕ੍ਰਿਪਟਸ ਲਿਖੀ ਹੋਈ ਥੀ ਉਸਕਾ ਮੈਂ ਡਾਇਰੈਕਸ਼ਨ ਸ਼ੁਰੂ ਕੀਆ ਬਚਪਨ ਸੇ ਇਹ ਸਿਖਾਇਆ ਗਿਆ ਪ੍ਰੇ ਕਰੀਏ ਅੱਛਾ ਕਾਮ ਕਰੀਏ ਲਵ ਦਾਈ ਨੇਬਰ ਐਵਰੀਥਿੰਗ ਮੁਝੇ ਸਿਖਾਇਆ ਗਿਆ ਬਚਪਨ ਲੇਕਿਨ ਜੈਸੇ ਜੈਸੇ ਮੈਂ ਬੜਾ ਹੋਤੇ ਗਿਆ ਤੋ ਆਪਕੋ ਜਬ ਧੀਰੇ ਧੀਰੇ ਸਮਝ ਮੈਂ ਆਨੇ ਲਗਾ ਕਿ ਲਾਈਫ ਕਿਆ ਹੈ ਮੁਝੇ ਔਰ ਫੇਥ ਆਤੇ ਗਿਆ ਗੋਡ ਕੇ ਉੱਪਰ ਔਰ ਮੈਂ ਜਿਸ ਤਰੀਕੇ ਸੇ ਕਾਮ ਕਰ ਰਹਾ ਹੂੰ ਮੁਝੇ ਨਹੀਂ ਲਗਤਾ ਅਗਰ ਮੁਝੇ ਗੋਡ ਸਪੋਰਟ ਨਹੀਂ ਕਰਦਾ ਤੋ ਮੈਂ ਇਹ ਸਭ ਕਾਮ ਕਰ ਪਾਤਾ ਆਪਕੇ ਸਾਹਮਣੇ ਬੈਠ ਪਾਤਾ ਅਗਰ ਮੈਂ ਅਭੀ ਹੋਸਪਿਟਲ ਜਾਊਂਗਾ ਅਗਰ ਮੇਰੀ ਵੇਨਸ ਪਕੜ ਕੇ ਦੇਖੇਂਗੇ ਤੋ ਬੋਲੇਂਗੇ ਇਸਕੋ ਐਡਮਿਟ ਕਰੋ So this is my willpower and this willpower has been given by Jesus Christ. Sabse pehli film thi meri Beyond the Third Kind. Ye ek transgender ke upar bani thi. Uske baad maine kiya Black Magic ke upar. The Dark Secrets of Tony. Basically main aapko bata raha hu ki I love doing realistic subjects. Jaise Beyond the Third Kind mein maine yehi bataya ki ye jo aap operations wagera karte hain this is not good. गॉड ने हमें ऐसा बनाया जो हम जैसे भी हैं तो अब उसके अगेंस्ट मत जाइए वो पिक्चर में मैंने वो दिखाया तो इस टाइप की पिक्चरें बनाने में मज़ा आता है
लोग दो घंटे पिक्चर, कोई गाना नहीं, कोई डांस नहीं, लेकिन आखिरी तक बैठ के देख रहा है तो अच्छा लगता है। और मैं आज की डेट में ये बोलता हूँ कि आई सरेंडर टू यू, और जो होगा, जो मेरे मुझे मालूम अच्छा ही होगा। तो दिस इज़ माई स्ट्रॉन्ग फेथ टूवर्ड्स गॉड। इफ़ यू डोंट सरेंडर यू वोंट सक्सीड, दिस इज़ माई बिलीफ। ਹੁਣੇ ਅਸੀਂ ਸ਼ਿਰਾਜ਼ ਹੈਨਰੀ ਦੇ ਕੋਲੋਂ ਸਿੱਖਿਆ ਅਤੇ ਜਾਣਿਆ ਕਿ ਕਿਸ ਤਰ੍ਹਾਂ ਆਪਣੇ ਜੀਵਨ ਦੇ ਇੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਵੀ ਕਿਸ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਸ਼ਿਖਰ 'ਤੇ ਪਹੁੰਚਾਇਆ, ਕਿਸ ਤਰ੍ਹਾਂ ਉਹਨਾਂ ਨੇ ਸਾਰੇ ਦੁੱਖਾਂ ਨੂੰ ਭੁੱਲ ਕੇ ਪਰਮੇਸ਼ਵਰ ਵੱਲੋਂ ਉੱਚਾਈਆਂ ਨੂੰ ਚੱਖਿਆ ਹੈ। ਹੁਣ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਇੱਕ ਐਸੇ ਮਨੁੱਖ ਦੇ ਨਾਲ ਜਿਹੜਾ ਆਪਣੇ ਜੀਵਨ ਦੇ ਵਿੱਚ ਸੱਚ ਦੀ ਤਲਾਸ਼ ਦੇ ਵਿੱਚ ਸੀ। ਦੋਸਤੋ, ਸ਼ੰਕਰ ਬੈਨਰਜੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਨੂੰ ਜਾਣਨ ਦੀ ਬਹੁਤ ਚਾਹ ਸੀ। ਸੱਚ ਨੂੰ ਜਾਣਨ ਦੀ ਚਾਹ ਦੇ ਵਿੱਚ ਉਹ ਕਿੰਨੀਆਂ ਹੀ ਕਿਤਾਬਾਂ ਪੜ੍ਹ ਚੁੱਕੇ ਸਨ, ਬਹੁਤ ਜ਼ਿਆਦਾ ਸਟੱਡੀ ਕੀਤੀ ਸੀ ਉਹਨਾਂ ਨੇ, ਲੇਕਿਨ ਕੀ ਉਹ ਇਸ ਸੱਚ ਨੂੰ ਜਾਣ ਸਕੇ? ਇਹ ਜਾਣਨ ਲਈ ਵੇਖਦੇ ਹਾਂ ਇਹਨਾਂ ਦੀ ਇਹ ਕਹਾਣੀ ਜੋ ਤੁਹਾਡੇ ਤੱਕ ਲੈ ਕੇ ਆਏ ਨੇ ਸਾਡੇ ਪ੍ਰੋਡਿਊਸਰ ਗਲੈਨ ਡਿਸਿਲਵਾ। ਕਲਕੱਤਾ ਦੇ ਸ਼ੰਕਰ ਬੈਨਰਜੀ ਦੇ ਲਈ ਕਿਤਾਬਾਂ ਪੜ੍ਹਨਾ ਇੱਕ ਸ਼ੌਕ ਸੀ। ਇਹ ਆਦਤ ਉਸਨੂੰ ਬਚਪਨ ਵਿੱਚ ਹੀ ਪੈ ਗਈ ਸੀ। ਮੇਰੇ ਪਿਤਾ ਜੀ ਮੇਰੇ ਲਈ ਕਹਾਣੀਆਂ ਦੀ ਇੱਕ ਕਿਤਾਬ ਲਿਆਏ ਅਤੇ ਕਿਹਾ, ਇਹ ਕਿਤਾਬ ਪੜ੍ਹ ਕੇ ਤੈਨੂੰ ਚੰਗਾ ਲੱਗੇਗਾ। ਇਸ ਤਰ੍ਹਾਂ ਮੈਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਗਈ ਅਤੇ ਉਹ ਜਿਹੜੀ ਆਦਤ ਹੈ ਅੱਜ ਤੱਕ ਹੈਗੀ ਹੈ। ਵਿਆਹ ਅਤੇ ਬੱਚੇ ਵੀ ਸ਼ੰਕਰ ਨੂੰ ਉਸਦੀ ਪੜ੍ਹਨ ਦੀ ਆਦਤ ਤੋਂ ਨਹੀਂ ਰੋਕ ਸਕੇ। ਉਸਦੀ ਪਤਨੀ ਆਰਤੀ ਨੇ ਉਸਨੂੰ ਪੜ੍ਹਨ ਦੇ ਲਈ ਇੱਕ ਬਾਈਬਲ ਦਿੱਤੀ ਤਾਂ ਉਸਨੂੰ ਇਹ ਨਵੀਂ ਕਿਤਾਬ ਪੜ੍ਹਨ ਤੋਂ ਕੋਈ ਗੁਰੇਜ਼ ਨਹੀਂ ਹੋਇਆ। ਜਦੋਂ ਮੈਂ ਬਾਈਬਲ ਪੜ੍ਹਦਾ ਸਾਂ ਤਾਂ ਮੈਨੂੰ ਆਪਣੇ ਵਿੱਚ ਕੁਝ ਮਹਿਸੂਸ ਹੁੰਦਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕੋਈ ਚੁੰਬਕ ਮੈਨੂੰ ਆਪਣੇ ਵੱਲ ਖਿੱਚ ਰਿਹਾ ਹੈ। ਇਸ ਲਈ ਮੈਂ ਬਾਈਬਲ ਪੜ੍ਹਨ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ। ਇੱਕ ਦਿਨ ਜਦੋਂ ਆਪਣੇ ਕੰਮ ਤੋਂ ਘਰ ਵਾਪਸ ਆਇਆ ਤਾਂ ਉਸਨੇ ਆਪਣੀ ਸਭ ਤੋਂ ਛੋਟੀ ਧੀ ਨੂੰ ਖਾਣਾ ਬਣਾਉਂਦੇ ਦੇਖਿਆ। ਮੈਂ ਉਸਨੂੰ ਪੁੱਛਿਆ, ਤੂੰ ਖਾਣਾ ਕਿਉਂ ਬਣਾ ਰਹੀ ਹੈ? ਤੇਰੀ ਮੰਮੀ ਕਿੱਥੇ ਹੈ? ਉਸਨੇ ਮੈਨੂੰ ਜਵਾਬ ਦਿੱਤਾ, ਪਿਤਾ ਜੀ ਤੁਹਾਨੂੰ ਨਹੀਂ ਪਤਾ ਕਿ ਮੰਮੀ ਹਰ ਐਤਵਾਰ ਆਪਣੇ ਭਰਾ ਅਤੇ ਭੈਣ ਨਾਲ ਚਰਚ ਜਾਂਦੀ ਹੈ। ਅੱਜ ਮੈਂ ਨਹੀਂ ਗਈ। ਮੰਮੀ ਨੇ ਮੈਨੂੰ ਚੌਲ ਬਣਾਉਣ ਲਈ ਕਿਹਾ ਹੈ ਅਤੇ ਇਹ ਕਿਹਾ ਹੈ ਕਿ ਉਹ ਛੇਤੀ ਵਾਪਸ ਆ ਜਾਵੇਗੀ। ਸ਼ੰਕਰ ਆਰਤੀ ਦੇ ਚਰਚ ਜਾਣ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਅਤੇ ਜਦੋਂ ਉਸਦੀ ਪਤਨੀ ਘਰ ਵਾਪਸ ਆਈ ਤਾਂ ਉਸ ਨਾਲ ਗੁੱਸੇ ਵਿੱਚ ਬੋਲਿਆ। ਮੈਂ ਯਿਸੂ ਦੀ ਫੋਟੋ ਫਾੜ ਦਿੱਤੀ ਅਤੇ ਉਹਨੂੰ ਦਰਵਾਜ਼ੇ ਦੇ ਕੋਲ ਸੱਟ ਦਿੱਤਾ। ਮੈਂ ਬਾਈਬਲ ਵੀ ਦਰਵਾਜ਼ੇ ਦੇ ਕੋਲ ਸੱਟ ਦਿੱਤੀ ਅਤੇ ਜਦੋਂ ਮੈਂ ਇਸ ਨੂੰ ਦਰਵਾਜ਼ੇ ਦੇ ਕੋਲ ਸੁੱਟਿਆ ਤਾਂ ਉਸੇ ਸਮੇਂ ਮੇਰੀ ਪਤਨੀ ਵੀ ਘਰ ਆ ਗਈ। ਆਰਤੀ ਨੇ ਜੋ ਕੀਤਾ ਉਸਨੇ ਸ਼ੰਕਰ ਨੂੰ ਹੈਰਾਨ ਕਰ ਦਿੱਤਾ। ਮੇਰੀ ਪਤਨੀ ਨੇ ਮੈਨੂੰ ਮੁਸਕਰਾ ਕੇ ਆਖਿਆ ਕਿ ਤੁਹਾਨੂੰ ਕਿਤਾਬਾਂ ਪੜ੍ਹਨਾ ਪਸੰਦ ਹੈ। ਤੁਸੀਂ ਖੁਦ ਹੀ ਮੈਨੂੰ ਕਿਹਾ ਸੀ ਕਿ ਇਹ ਕਿਤਾਬ ਪਰਮੇਸ਼ਰ ਦਾ ਵਚਨ ਹੈ ਅਤੇ ਹੁਣ ਤੁਸੀਂ ਇਸ ਕਿਤਾਬ ਨੂੰ ਆਪ ਬਾਹਰ ਸੁੱਟ ਰਹੇ ਹੋ। ਤੁਸੀਂ ਮੈਨੂੰ ਸਜ਼ਾ ਦੇ ਸਕਦੇ ਸੀ, ਮੈਨੂੰ ਝਿੜਕ ਸਕਦੇ ਸੀ, ਮੈਨੂੰ ਮਾਰ ਸਕਦੇ ਸੀ, ਉਸ ਵਿੱਚ ਕੁਝ ਗਲਤ ਨਹੀਂ ਹੋਣਾ ਸੀ। ਤੁਸੀਂ ਯਿਸੂ ਨਾਲ ਇਸ ਤਰ੍ਹਾਂ ਕਿਉਂ ਕੀਤਾ ਹੈ? ਆਪਣੇ ਕੀਤੇ ਤੇ ਸ਼ੰਕਰ ਨੂੰ ਅਫਸੋਸ ਹੋਇਆ ਅਤੇ ਬਾਈਬਲ ਨੂੰ ਜ਼ਮੀਨ ਤੋਂ ਚੁੱਕਦੇ ਹੋਏ ਉਸਨੇ ਇਹ ਆਇਤ ਪੜ੍ਹੀ। ਮੈਂ ਦੇਖਿਆ ਕਿ ਉੱਥੇ ਲਿਖਿਆ ਹੈ, ਉੱਠ ਚਮਕ, ਤੇਰਾ ਚਾਨਣ ਆ ਗਿਆ ਹੈ ਅਤੇ ਪ੍ਰਭੂ ਦਾ ਤੇਜ ਤੇਰੇ ਉੱਤੇ ਚਮਕਿਆ ਹੈ। ਜਦੋਂ ਮੈਂ ਪੜ੍ਹਿਆ ਤਾਂ ਮੈਂ ਕੁਝ ਵੀ ਨਹੀਂ ਸੀ ਬੋਲ ਸਕਿਆ। ਮੈਂ ਰੋਣ ਲੱਗ ਪਿਆ ਅਤੇ ਉਸ ਬਾਈਬਲ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਕਿਹਾ ਕਿ ਪ੍ਰਭੂ, ਮੈਂ ਤੁਹਾਡੇ ਵਿਰੁੱਧ ਬਹੁਤ ਕੁਝ ਕੀਤਾ ਹੈ। ਮੈਂ ਤੁਹਾਡੀ ਫੋਟੋ ਪਾੜੀ ਹੈ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਉੱਠ, ਤੇਰਾ ਚਾਨਣ ਆ ਗਿਆ ਹੈ। ਉਸ ਸਮੇਂ ਮੈਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਫਿਰ ਉਸਨੇ ਇੱਕ ਨਵੇਂ ਜੋਸ਼ ਦੇ ਨਾਲ ਬਾਈਬਲ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਪਰਮੇਸ਼ਰ ਕੋਲੋਂ ਉਸਦੇ ਵਚਨ ਦੀ ਗਹਿਰੀ ਸਮਝ ਮੰਗੀ। 1996 ਤੋਂ ਲੈ ਕੇ ਹੁਣ ਤੱਕ ਸ਼ੰਕਰ ਲੋਕਾਂ ਨੂੰ ਇਹੋ ਦੱਸਦਾ ਆ ਰਿਹਾ ਹੈ ਕਿ ਕਿਵੇਂ ਪਰਮੇਸ਼ਰ ਨੇ ਉਸਦੇ ਜੀਵਨ ਨੂੰ ਬਦਲਿਆ ਹੈ ਅਤੇ ਉਹ ਬਾਈਬਲ ਜਿਸ ਨੂੰ ਉਸਨੇ ਘਰੋਂ ਬਾਹਰ ਸੁੱਟ ਦਿੱਤਾ ਸੀ ਅੱਜ ਉਸਦੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਹੁਣ ਤੱਕ ਮੈਂ 57 ਵਾਰ ਬਾਈਬਲ ਪੜ੍ਹ ਲਈ ਹੈ। ਜਦੋਂ ਮੈਂ ਇਸ ਨੂੰ ਇੱਕ ਵਾਰ ਪੂਰੀ ਤਰ੍ਹਾਂ ਪੜ੍ਹ ਲੈਂਦਾ ਹਾਂ ਤਾਂ ਇਸ ਨੂੰ ਫਿਰ ਤੋਂ ਪੜ੍ਹਨਾ ਸ਼ੁਰੂ ਕਰ ਦਿੰਦਾ ਹਾਂ। ਹਰ ਵਾਰ ਜਦੋਂ ਮੈਂ ਇਸ ਨੂੰ ਪੜ੍ਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਕੁਝ ਨਵਾਂ ਪੜ੍ਹ ਰਿਹਾ ਹਾਂ। ਇਸ ਦੀ ਹਰੇਕ ਆਇਤ ਮੈਨੂੰ ਨਵੀਂ ਜਾਪਦੀ ਹੈ ਅਤੇ ਮੈਂ ਸੋਚਦਾ ਹਾਂ ਕਿ ਹਰ ਆਇਤ ਵਿੱਚ ਕੁਛ ਨਾ ਕੁਛ ਨਵਾਂ ਜ਼ਰੂਰ ਹੁੰਦਾ ਹੈ ਜੋ ਮੈਂ ਪਹਿਲਾਂ ਨਹੀਂ ਸੀ ਪੜ੍ਹਿਆ ਹੋਇਆ। ਹਰ ਵਾਰ ਮੈਨੂੰ ਇੱਕ ਨਵਾਂ ਅਹਿਸਾਸ ਹੁੰਦਾ ਸੀ, ਹਰ ਵਾਰ ਮੈਨੂੰ ਇੱਕ ਨਵੀਂ ਪਛਾਣ ਮਿਲਦੀ ਸੀ। ਸੱਚ ਨੂੰ ਜਾਣੋ।
ਦੋਸਤੋ ਹੁਣ ਅਸੀਂ ਸ਼ੰਕਰ ਬੈਨਰਜੀ ਦੀ ਇਸ ਕਹਾਣੀ ਨੂੰ ਜਾਣਿਆ ਅਤੇ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਸੱਚ ਦੀ ਖੋਜ ਪੂਰੀ ਹੋਈ ਪਰਮੇਸ਼ਵਰ ਨੂੰ ਪਾ ਕੇ। ਜੇਕਰ ਵੇਖਿਆ ਜਾਏ ਤਾਂ ਸੱਚ ਇਹ ਹੈ ਕਿ ਜਿਹੜਾ ਸਾਡਾ ਰਿਸ਼ਤਾ ਹੈ ਪਰਮੇਸ਼ਵਰ ਦੇ ਨਾਲ, ਉਹ ਡਰਦਾ ਨਹੀਂ ਹੈ, ਉਹ ਪਿਆਰਦਾ ਹੈ। ਸੱਚ ਇਹੀ ਹੈ ਕਿ ਪਰਮੇਸ਼ਵਰ ਸਾਨੂੰ ਬਹੁਤ ਪਿਆਰ ਕਰਦੇ ਨੇ ਅਤੇ ਆਪਣੇ ਪਿਆਰ ਦੇ ਰਾਹੀਂ ਹੀ ਪਰਮੇਸ਼ਵਰ ਆਪਣੇ ਅਨੁਗ੍ਰਹਿ ਨੂੰ ਸਾਡੇ ਜੀਵਨ ਦੇ ਵਿੱਚ ਉਡੇਲਦੇ ਨੇ। ਜਿਹੜਾ ਬੰਦਾ ਇਹ ਜਾਣ ਜਾਂਦਾ ਹੈ ਕਿ ਮੇਰਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਇੱਕ ਪਿਤਾ ਅਤੇ ਬੱਚੇ ਦਾ ਰਿਸ਼ਤਾ ਹੈ, ਉਹ ਪਿਆਰ ਦਾ ਰਿਸ਼ਤਾ ਹੈ, ਉਹ ਦੁਲਾਰ ਦਾ ਰਿਸ਼ਤਾ ਹੈ, ਅਤੇ ਉਹ ਫਿਰ ਡਰ ਦੇ ਨਾਲ ਨਹੀਂ ਪਰਮੇਸ਼ਵਰ ਦੇ ਸਾਹਮਣੇ ਆਉਂਦਾ, ਪਰ ਉਹ ਉਸ ਉਤਸ਼ਾਹ ਦੇ ਨਾਲ, ਉਸ ਪਿਆਰ ਦੇ ਨਾਲ ਆਉਂਦਾ ਹੈ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਆਪਣੇ ਪਿਤਾ ਦੇ ਕੋਲ ਆਉਂਦਾ ਹੈ। ਅੱਜ ਤੁਹਾਡੇ ਕੋਲ ਵੀ ਮੌਕਾ ਹੈ, ਤੁਸੀਂ ਵੀ ਪਰਮੇਸ਼ਵਰ ਨੂੰ ਜਾਣੋ, ਪਰਮੇਸ਼ਵਰ ਦੇ ਪਿਆਰ ਨੂੰ ਆਪਣੇ ਜੀਵਨ ਦੇ ਵਿੱਚ ਅਨੁਭਵ ਕਰੋ, ਆਪਣੇ ਜੀਵਨ ਦੀ ਜੜ੍ਹ ਨੂੰ ਪਰਮੇਸ਼ਵਰ ਦੇ ਨਾਲ ਜੋੜ ਦਿਓ, ਤਾਂ ਜੋ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਹਰ ਪਹਿਲੂ ਦੇ ਵਿੱਚ ਆਪਣੀ ਫਲਵੰਤਤਾ ਨੂੰ ਪਰਮੇਸ਼ਵਰ ਕੋਲੋਂ ਪਾ ਸਕੋ। ਪਰਮੇਸ਼ਵਰ ਦਾ ਵਚਨ ਤੁਹਾਨੂੰ ਅੱਜ ਕੁਛ ਦੱਸਣਾ ਚਾਹੁੰਦਾ ਹੈ, ਆਓ ਜ਼ਰਾ ਨਜ਼ਰ ਪਾਈਏ ਇਸ ਕਲਾਮ 'ਤੇ। ਸਫਨਿਆ 3:17, ਯਹੋਵਾ ਤੇਰਾ ਪਰਮੇਸ਼ਵਰ ਤੇਰੇ ਨਾਲ ਹੈ, ਉਹ ਬਹਾਦੁਰ ਸ਼ਕਤੀਸ਼ਾਲੀ ਸਿਪਾਹੀ ਵਾਂਗ ਤੈਨੂੰ ਬਚਾਵੇਗਾ ਅਤੇ ਤੈਨੂੰ ਦਰਸਾਵੇਗਾ ਕਿ ਤੂੰ ਉਸਨੂੰ ਕਿੰਨਾ ਪਿਆਰਾ ਹੈ, ਅਤੇ ਤੈਨੂੰ ਇਹ ਵੀ ਇਜ਼ਹਾਰ ਕਰਾਏਗਾ ਕਿ ਉਹ ਤੇਰੇ ਨਾਲ ਅੰਤਾਂ ਤਾਂ ਖੁਸ਼ ਹੈ। ਜੇਕਰ ਤੁਸੀਂ ਵੀ ਪਰਮੇਸ਼ਵਰ ਦੇ ਨਾਲ ਜੜ ਪਕੜਨਾ ਚਾਹੁੰਦੇ ਹੋ ਤਾਂ ਇਸੇ ਵੇਲੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਪ੍ਰਭੂ ਦੇ ਬਾਰੇ 'ਚ ਤੁਸੀਂ ਅਧਿਕ ਜਾਣਕਾਰੀ ਨੂੰ ਪ੍ਰਾਪਤ ਕਰ ਸਕਦੇ ਹੋ, ਤੁਸੀਂ ਪਰਮੇਸ਼ਵਰ ਦੇ ਬਾਰੇ ਹੋਰ ਗੱਲਾਂ ਨੂੰ ਜਾਣਨ ਵਾਸਤੇ ਸਾਨੂੰ ਇਸੇ ਵੇਲੇ ਸੰਪਰਕ ਕਰ ਸਕਦੇ ਹੋ। ਹੁਣ ਸਮਾਂ ਆ ਗਿਆ ਛੋਟੀ ਜਿਹੀ ਬ੍ਰੇਕ ਲੈਣ ਦਾ, ਲੇਕਿਨ ਬ੍ਰੇਕ ਤੋਂ ਬਾਅਦ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਵਾਪਸ ਆਵਾਂਗੇ ਅਸੀਂ ਅਤੇ ਦਿਖਾਵਾਂਗੇ ਕਿ ਕਿਸ ਤਰ੍ਹਾਂ CBN ਫਾਊਂਡੇਸ਼ਨ ਕੰਮ ਕਰ ਰਹੀ ਹੈ ਲੋਕਾਂ ਦੀ ਭਲਾਈ ਦੇ ਲਈ। ਇਸ ਵਿਅਸਤ ਜ਼ਿੰਦਗੀ ਵਿੱਚ ਤੁਹਾਡੇ ਅਤੇ ਸਾਡੇ ਲਈ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਆਪਣੇ ਲਈ ਸਮਾਂ ਕੱਢਣਾ। ਕਦੇ ਕਦੇ ਇਸ ਦੌਰਾਨ ਅਸੀਂ ਆਪਣੇ ਮਨਪਸੰਦ ਟੀਵੀ ਸ਼ੋਅ ਵੀ ਮਿਸ ਕਰ ਦਿੰਦੇ ਹਾਂ। ਜੇਕਰ ਤੁਸੀਂ ਆਪਣੇ ਮਨਪਸੰਦ ਟੀਵੀ ਸ਼ੋਅ ਇੱਕ ਨਵੀਂ ਜ਼ਿੰਦਗੀ ਨੂੰ ਕਦੀ ਮਿਸ ਕੀਤਾ ਹੋਵੇ ਤਾਂ ਤੁਸੀਂ ਉਸਨੂੰ ਵੇਖ ਸਕਦੇ ਹੋ। CBN ਫਾਊਂਡੇਸ਼ਨ ਦੇ ਯੂਟਿਊਬ ਚੈਨਲ ਤੇ ਜਾਓ, ਉਸਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਸਮੇਂ ਤੇ ਆਪਣੇ ਮਨਪਸੰਦ ਸ਼ੋਅ ਦਾ ਮਜ਼ਾ ਲਓ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਆਪਣੇ ਚਾਈਲਡ ਕੇਅਰ ਕੈਂਪੇਨ ਪ੍ਰੋਮੋ ਦੇ ਰਾਹੀਂ CBN ਫਾਊਂਡੇਸ਼ਨ ਕਰ ਰਿਹਾ ਹੈ ਉਹਨਾਂ ਬੱਚਿਆਂ ਦੀ ਮਦਦ ਜਿਨ੍ਹਾਂ ਦੇ ਕੋਲ ਨਾ ਤਾਂ ਕੋਈ ਸੁਵਿਧਾਵਾਂ ਨੇ ਨਾ ਹੀ ਕੋਈ ਸਹੂਲਤਾਂ। ਆਓ ਦੇਖਦੇ ਹਾਂ ਇਸ 'ਤੇ ਇੱਕ ਪ੍ਰਸਤੁਤੀ। ਆਪਣੇ ਲਈ ਜੀਏ ਤਾਂ ਕੀ ਜੀਏ, ਦੂਜਿਆਂ ਦੇ ਲਈ ਕੁਝ ਕੀਤਾ ਤਾਂ ਕੀ ਕੀਤਾ। ਮੈਨੂੰ ਸੰਜੋਇਆ, ਆਪਣੇ ਸੁਪਨਿਆਂ ਨੂੰ ਜੀਣ ਦਾ ਮੌਕਾ ਦਿੱਤਾ। ਮਕਸਦ ਕਈ ਹਨ ਅਪਣਾਉਣ ਲਈ, ਪਰ ਕੀ ਤੁਸੀਂ ਇਹਨਾਂ ਦਾ ਸਾਥ ਦੇ ਕੇ ਖੁਦ ਨੂੰ ਬਰਕਤ ਦਿੱਤੀ ਹੈ। CBN ਫਾਊਂਡੇਸ਼ਨ ਦੇ ਸਹਿਭਾਗੀ ਬਣੋ ਅਤੇ ਪਾਓ ਮੌਕਾ ਇਹਨਾਂ ਮਾਸੂਮ ਜ਼ਿੰਦਗੀਆਂ ਨੂੰ ਬਦਲਣ ਦਾ। ਦੋਸਤੋ, ਹੁਣੇ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ CBN ਫਾਊਂਡੇਸ਼ਨ ਦੀ ਮਦਦ ਦੇ ਨਾਲ ਇਹਨਾਂ ਬੱਚਿਆਂ ਦਾ ਜੀਵਨ ਸੁਖਾਲਾ ਹੋ ਰਿਹਾ ਹੈ, ਇਹ ਖੁਸ਼ਹਾਲ ਹੋ ਰਹੇ ਨੇ। ਦੋਸਤੋ, ਜੇਕਰ ਤੁਸੀਂ ਅਜਿਹੇ ਕੰਮਾਂ ਦੀ ਜਾਣਕਾਰੀ ਚਾਹੁੰਦੇ ਹੋ, ਡਿਟੇਲ ਦੇ ਵਿੱਚ ਇਹਨੂੰ ਸਟੱਡੀ ਕਰਨਾ ਚਾਹੁੰਦੇ ਹੋ, ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ। ਵੈਬਸਾਈਟ ਹੈ www.cbn.in। ਇੱਥੇ ਜਾ ਕੇ ਤੁਸੀਂ ਸਾਡੇ ਨਿਊਜ਼ ਲੈਟਰ ਨੂੰ ਡਾਊਨਲੋਡ ਕਰੋ, ਜਿਹੜਾ ਕਿ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਉਪਲਬਧ ਹੈ। ਜੇਕਰ ਇਸ ਦੀ ਹਾਰਡ ਕਾਪੀ ਚਾਹੁੰਦੇ ਹੋ, ਤੁਸੀਂ ਸਾਨੂੰ ਕਾਲ ਕਰੋ ਇਸ ਨੰਬਰ 'ਤੇ ਜੋ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ। ਤੁਸੀਂ ਜਲਦ ਹੀ ਸਾਨੂੰ ਕਾਲ ਕਰੋ, ਸਾਨੂੰ ਤੁਹਾਡੇ ਸੰਪਰਕ ਦਾ ਇੰਤਜ਼ਾਰ ਹੈ। ਤੁਸੀਂ ਸਾਡੇ ਨਾਲ ਸੰਪਰਕ ਸਾਧ ਸਕਦੇ ਹੋ ਸਾਡੇ ਐਡਰੈਸ 'ਤੇ ਵੀ ਸਾਡੇ ਨਾਲ ਰਾਬਤਾ ਕਰਕੇ। ਜੇਕਰ ਤੁਸੀਂ ਆਪਣੇ ਯੋਗਦਾਨ ਨੂੰ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ, ਉਹ ਵੀ ਕਰ ਸਕਦੇ ਹੋ। ਇਹ ਰਹੀ ਤੁਹਾਡੇ ਲਈ ਸਾਡੇ ਪਤੇ ਦੀ ਜਾਣਕਾਰੀ। CBN ਫਾਊਂਡੇਸ਼ਨ, ਪੀਚ ਟ੍ਰੀ ਕੰਪਲੈਕਸ, 3 ਮੰਜ਼ਿਲ, ਬਲਾਕ C, ਸੁਸ਼ਾਂਤ ਲੋਕ 1, ਗੁੜਗਾਉਂ, ਦਿੱਲੀ NCR,
1220009 ਭਾਰਤ। ਆਨਲਾਈਨ ਡੋਨੇਸ਼ਨਸ www.cbn.in। ਦੋਸਤੋ ਹੁਣ ਸਮਾਂ ਹੈ ਇੱਕ ਛੋਟੀ ਬ੍ਰੇਕ ਲੈਣ ਦਾ, ਲੇਕਿਨ ਬ੍ਰੇਕ ਤੋਂ ਬਾਅਦ ਤੁਸੀਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ। ਵਾਪਸ ਆਵਾਂਗੇ, ਪੜ੍ਹਾਂਗੇ ਤੁਹਾਡੇ ਪ੍ਰਾਰਥਨਾ ਨਿਵੇਦਨ ਅਤੇ ਕਰਾਂਗੇ ਤੁਹਾਡੇ ਲਈ ਪ੍ਰਾਰਥਨਾ। ਮੈਂ ਤੁਹਾਨੂੰ ਇੱਕ ਮਹਾਨ ਨਾਇਕ ਨਾਲ ਮਿਲਵਾਉਣ ਲਈ ਜਾ ਰਿਹਾ। ਇਹ ਬਿਲਕੁਲ ਨਵੀਆਂ ਕੜੀਆਂ ਨੇ ਜਿਹਨਾਂ 'ਚ ਜ਼ਿਆਦਾ ਤਾਕਤ ਹੈ, ਵਧੇਰੇ ਜ਼ਿੰਦਗੀਆਂ ਤੱਕ ਪੁੱਜਣ ਦੀ, ਜ਼ਿਆਦਾ ਸਿੱਖਿਆਵਾਂ ਨਾਲ। ਸੁਪਰ ਬੁੱਕ ਇਹਨਾਂ ਕਹਾਣੀਆਂ ਨੂੰ ਪਹੁੰਚ ਵਿੱਚ ਲਿਆਵੇਗੀ, ਇੱਕ ਤਾਕਤ, ਗੁਣਵੱਤਾ ਅਤੇ ਗਤੀ ਨਾਲ ਜਿਸ ਦੀ ਅੱਜ ਦੇ ਦਰਸ਼ਕ ਮੰਗ ਕਰਦੇ ਨੇ। ਅਸੀਂ ਇਤਿਹਾਸ ਦੇ ਵਿੱਚੋਂ ਵਿੱਚ ਖੜ੍ਹੇ ਹਾਂ ਅਤੇ ਇਹਨੂੰ ਅੰਦਰ ਤੋਂ ਬਾਹਰ ਤੱਕ ਵੇਖ ਸਕਦੇ ਹਾਂ। ਸੁਪਰ ਬੁੱਕ ਸੀਜ਼ਨ 1। ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਜਿਸਦਾ ਨਾਂ ਹੈ ਪ੍ਰਾਰਥਨਾ ਨੂੰ ਮੌਕਾ ਦਿਓ, ਅਤੇ ਦੇਖਦੇ ਹਾਂ ਕਿ ਸਾਨੂੰ ਅੱਜ ਪ੍ਰਾਰਥਨਾ ਨਿਵੇਦਨ ਕਿਸ ਕਿਸ ਨੇ ਭੇਜੇ ਹੈ। ਦੋਸਤੋ ਦੇਖਦੇ ਹਾਂ ਕਿ ਸਾਨੂੰ ਪਹਿਲਾ ਨਿਵੇਦਨ ਕਿਸਨੇ ਭੇਜਿਆ। ਪਹਿਲਾ ਨਿਵੇਦਨ ਆਇਆ ਹੈ ਸ਼ਾਹਿਦਾ ਦਾ। ਇਹ ਲਿਖਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਪਰੇਸ਼ਾਨ ਹਨ, ਇਹ ਆਪਣੀ ਜ਼ਿੰਦਗੀ 'ਚ ਇੱਕ ਨਵੀਂ ਜ਼ਿੰਦਗੀ ਦੇਖਣਾ ਚਾਹੁੰਦੇ ਹਨ, ਔਰ ਕਹਿੰਦੇ ਨੇ ਕਿ ਇਹਨਾਂ ਨੂੰ ਇੱਕ ਪਰੇਸ਼ਾਨੀ ਹੈ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੈ। ਚਾਹੁੰਦੇ ਨੇ ਕਿ ਇਹਨਾਂ ਨੂੰ ਇਸ ਡਰ ਤੋਂ ਮੁਕਤੀ ਹੋਵੇ ਤਾਂ ਕਿ ਪ੍ਰਾਰਥਨਾ ਕਰੀਏ ਕਿ ਇਹ ਆਪਣੇ ਜੀਵਨ 'ਚ ਖੁਸ਼ਹਾਲ ਹੋਣ। ਅਸੀਂ ਜ਼ਰੂਰ ਸ਼ਾਹਿਦਾ ਵਾਸਤੇ ਪ੍ਰਾਰਥਨਾ ਕਰਾਂਗੇ, ਅਤੇ ਨਾਲ ਹੀ ਦੇਖਦੇ ਹਾਂ ਕਿ ਦੂਸਰਾ ਮੈਸੇਜ ਸਾਨੂੰ ਕਿਸਨੇ ਲਿਖਿਆ ਹੈ। ਅਮਲਦਾਸ ਲਖੜਾ ਲਿਖਦੇ ਨੇ ਅਤੇ ਕਹਿੰਦੇ ਨੇ ਕਿ ਉਹ ਇਸ ਪ੍ਰੋਗਰਾਮ ਨੂੰ ਦੇਖਦੇ ਆ ਰਹੇ ਨੇ, ਬਹੁਤ ਇਸ ਤੋਂ ਉੱਨਤ ਹੋ ਰਹੇ ਨੇ, ਬਹੁਤ ਇਸ ਤੋਂ ਆਸ਼ੀਸ਼ ਪਾਉਂਦੇ ਨੇ, ਪਸੰਦ ਕਰਦੇ ਨੇ। ਚਾਹੁੰਦੇ ਨੇ ਕਿ ਅਸੀਂ ਉਹਨਾਂ ਦੇ ਘਰ ਦੇ ਵਾਸਤੇ, ਉਹਨਾਂ ਦੇ ਪਰਿਵਾਰ ਵਾਸਤੇ ਪ੍ਰਾਰਥਨਾ ਕਰੀਏ ਤਾਂ ਜੋ ਉਹਨਾਂ ਦੇ ਜੀਵਨ ਦੇ ਵਿੱਚ ਆਸ਼ੀਸ਼ਾਂ ਆਉਣ ਅਤੇ ਬਿਮਾਰੀਆਂ ਦੂਰ ਚਲੀਆਂ ਜਾਣ। ਆਓ ਦੁਆ ਕਰੀਏ। ਹੇ ਜ਼ਿੰਦਾ ਜਲਾਲੀ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਜੀ, ਧੰਨਵਾਦ ਕਰਦੇ ਹਾਂ ਕਿ ਅਸੀਂ ਪੂਰੇ ਮਾਣ ਦੇ ਨਾਲ ਪਰਮੇਸ਼ਵਰ ਤੁਹਾਡੇ ਬੱਚੇ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਆ ਕੇ ਆਪਣੀਆਂ ਪ੍ਰਾਰਥਨਾਵਾਂ ਨੂੰ, ਆਪਣੀਆਂ ਦੁਆਵਾਂ ਨੂੰ ਤੁਹਾਡੇ ਸਾਹਮਣੇ ਰੱਖ ਸਕਦੇ ਹਾਂ। ਇਸ ਵੇਲੇ ਅਸੀਂ ਪ੍ਰਾਰਥਨਾ ਕਰਦੇ ਹਾਂ ਸ਼ਾਹਿਦਾ ਵਾਸਤੇ, ਜਦੋਂ ਕਿ ਉਹਨਾਂ ਨੇ ਪ੍ਰਭੂ ਇਹ ਗੱਲ ਨੂੰ ਕਿਹਾ ਹੈ ਕਿ ਉਹ ਡਰਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਡਰ ਜਿਹੜਾ ਹੈ ਉਹ ਹਾਵੀ ਹੋਇਆ ਹੈ, ਅਤੇ ਪ੍ਰਭੂ ਜੀ ਇਸ ਵੇਲੇ ਅਸੀਂ ਪ੍ਰਾਰਥਨਾ ਕਰਦੇ ਕਿ ਉਹਨਾਂ ਦੇ ਜੀਵਨ ਦੇ ਹਰ ਡਰ ਨੂੰ ਤੁਸੀਂ ਉਹਨਾਂ ਦੇ ਜੀਵਨ ਤੋਂ ਵੱਖ ਕਰਕੇ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਦਮ ਰੱਖਣ ਦਾ ਮੌਕਾ ਦਿਓ। ਪ੍ਰਭੂ ਇਸ ਵੇਲੇ ਹਰ ਇੱਕ ਐਸਾ ਦਰਸ਼ਕ ਜਿਹੜਾ ਕਿ ਡਰ ਦੇ ਵਿੱਚ ਹੋ ਕੇ ਓਪਰੇਟ ਕਰ ਰਿਹਾ ਕਿਸੇ ਵੀ ਚੀਜ਼ ਦੇ ਡਰ ਦੇ ਨਾਲ, ਅਤੇ ਪ੍ਰਭੂ ਮੈਂ ਇਹ ਗੱਲ ਤੁਹਾਡੇ ਵਚਨ ਰਾਹੀਂ ਉਹਨਾਂ ਦੇ ਜੀਵਨ ਦੇ ਵਿੱਚ ਕਹਿਣਾ ਚਾਹਾਂਗੀ ਕਿ ਪ੍ਰਭੂ ਤੁਸੀਂ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ, ਤੁਸੀਂ ਸਾਨੂੰ ਨਿਰਭੈ ਹੋਣ ਦਾ ਆਤਮਾ ਦਿੱਤਾ ਹੈ, ਤਾਂ ਜੋ ਪਰਮੇਸ਼ੁਰ ਅਸੀਂ ਤੁਹਾਡੇ ਪਿਆਰ ਦੇ ਵਿੱਚ, ਤੁਹਾਡੇ ਸੰਯਮ ਦੇ ਵਿੱਚ, ਤੁਹਾਡੇ ਜਲਾਲ ਦੇ ਵਿੱਚ ਹੋ ਕੇ ਅੱਗੇ ਵਧੀਏ। ਪ੍ਰਭੂ ਜੀ ਇਸ ਵੇਲੇ ਅਸੀਂ ਖਾਸ ਤੌਰ 'ਤੇ ਪ੍ਰਾਰਥਨਾ ਕਰਦੇ ਹਾਂ ਸਾਰੇ ਦਰਸ਼ਕਾਂ ਵਾਸਤੇ, ਤਾਂ ਜੋ ਪ੍ਰਭੂ ਉਹ ਤੁਹਾਡੇ ਵੱਲੋਂ ਸ਼ਾਂਤੀ ਨੂੰ, ਤੁਹਾਡੇ ਵੱਲੋਂ ਪਰਮੇਸ਼ੁਰ ਨਵੇਂ ਚਾਨਣ ਨੂੰ, ਨਵੀਂ ਜ਼ਿੰਦਗੀ ਨੂੰ ਹਾਸਲ ਕਰਕੇ ਅੱਗੇ ਵੱਧ ਸਕਣ। ਨਾਲ ਹੀ ਨਾਲ ਅਸੀਂ ਪ੍ਰਾਰਥਨਾ ਕਰਦੇ ਹਾਂ ਅਮਲਦਾਸ ਲਖੜਾ ਵਾਸਤੇ, ਉਹਨਾਂ ਦੇ ਘਰ ਦੇ ਵਿੱਚ ਪ੍ਰਭੂ ਤੁਸੀਂ ਆਪਣੀ ਸੁੱਖ ਸ਼ਾਂਤੀ ਨੂੰ ਲੈ ਕੇ ਆਓ, ਹਰ ਤਰ੍ਹਾਂ ਦੀ ਬਿਮਾਰੀ ਰੋਗ ਨੂੰ ਦੂਰ ਕਰੋ, ਤਾਂ ਜੋ ਉਹ ਪ੍ਰਭੂ ਤੁਹਾਡੇ ਨਾਂ ਨੂੰ ਉਸਤਤ ਦਿੰਦੇ ਹੋਏ, ਤੁਹਾਡੇ ਨਾਂ ਦੀ ਜੈ ਜੈਕਾਰ ਕਰਦੇ ਹੋਏ, ਤੁਹਾਡੇ ਨਾਂ ਦੀ ਗਵਾਹੀ ਦੇ ਸਕਣ। ਧੰਨਵਾਦ ਕਰਨੇ ਪਿਤਾ ਜੀ ਇਹਨਾਂ ਸਾਰੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰਕੇ ਇਹਨਾਂ ਦਾ ਉੱਤਰ ਦੇਣ ਵਾਸਤੇ ਪ੍ਰਭੂ ਯੇਸ਼ੂ ਮਸੀਹ ਦੇ ਜ਼ਿੰਦਾ ਨਾਂ ਦੇ ਵਿੱਚ ਮੰਗਦੇ ਹਾਂ, ਆਮੇਨ। ਆਮੇਨ। ਪਰਮੇਸ਼ੁਰ ਬਹੁਤ ਹੀ ਪਿਆਰ ਦੇ ਨਾਲ, ਜਿਸ ਤਰ੍ਹਾਂ ਅੱਜ ਅਸੀਂ ਗੱਲ ਕਰ ਰਹੇ ਸੀ ਕਿ ਪਿਆਰ ਦੇ ਰਿਸ਼ਤੇ ਦੇ ਵਿੱਚ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਨੇ, ਉਹਨਾਂ ਦਾ ਜਵਾਬ ਦਿੰਦੇ ਨੇ ਅਤੇ ਆਪਣੇ ਲੋਕਾਂ ਦੇ ਜੀਵਨ ਨੂੰ ਬਹਾਲ ਕਰਦੇ ਨੇ। ਯਕੀਨ ਕਰੋ ਤੁਹਾਡੇ ਜੀਵਨ ਨੂੰ ਵੀ ਪਰਮੇਸ਼ੁਰ ਨੇ ਬਹਾਲ ਕਰ ਦਿੱਤਾ ਹੈ। ਬਿਲਕੁਲ ਦੋਸਤੋ, ਪਰਮੇਸ਼ੁਰ ਨੇ ਤਾਂ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਤੱਕ ਸਾਨੂੰ ਦੇ ਦਿੱਤਾ। ਆਪਣੇ ਵਚਨ ਜਿਹੜਾ ਹੈ ਉਹ ਵੀ ਪਰਮੇਸ਼ੁਰ ਦਾ ਪਿਆਰ ਦਾ ਸੁਨੇਹਾ ਹੀ ਹੈ। ਆਓ ਵੇਖਦੇ ਹਾਂ ਕਿ ਅੱਜ ਇਹ ਸੁਨੇਹਾ ਸਾਨੂੰ ਕੀ ਦੱਸ ਰਿਹਾ ਹੈ। ਬਿਲਕੁਲ, ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦੇ ਹਨ, ਆਪਣੇ ਵਚਨ ਦੇ ਜ਼ਰੀਏ ਸਾਨੂੰ ਨਿਤ ਉਹ ਨਵੀਆਂ ਗੱਲਾਂ ਦੱਸਦੇ ਹਨ ਅਤੇ ਸਾਨੂੰ ਆਸ਼ੀਸ਼ਿਤ ਕਰਦੇ ਹਨ।
ਪਰਮੇਸ਼ੁਰ ਵਾਕਿਆ ਹੀ ਆਪਣੇ ਵਚਨ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਨਵਾਂ ਉਤਸ਼ਾਹ, ਨਵੀਂ ਸ਼ਾਂਤੀ ਲੈ ਕੇ ਆਉਂਦੇ ਨੇ। ਉਹੀ ਉਤਸ਼ਾਹ ਜਿਹੜਾ ਕਿ ਅਸੀਂ ਅੱਜ ਸੁਪ੍ਰਸਿੱਧ ਫੋਟੋਗ੍ਰਾਫਰ ਸ਼ਿਰਾਜ਼ ਹੈਨਰੀ ਦੇ ਜੀਵਨ ਦੇ ਵਿੱਚ ਵੇਖਿਆ। ਨਾਲ ਹੀ ਨਾਲ ਜਦੋਂ ਅੱਜ ਅਸੀਂ ਕੀਤੀ ਮੁਲਾਕਾਤ ਸ਼ੰਕਰ ਬੈਨਰਜੀ ਦੇ ਨਾਲ, ਤਾਂ ਅਸੀਂ ਜਾਣਿਆ ਕਿ ਕਿਸ ਤਰ੍ਹਾਂ ਪਰਮੇਸ਼ੁਰ ਦੇ ਸੱਚ ਨੂੰ ਜਾਣਨ ਤੋਂ ਬਾਅਦ ਹੀ ਸਾਡਾ ਜੀਵਨ ਇੱਕ ਨਵੀਂ ਜ਼ਿੰਦਗੀ ਵੱਲ ਤੁਰ ਸਕਦਾ ਹੈ। ਤੁਸੀਂ ਵੀ ਪਰਮੇਸ਼ੁਰ ਨੂੰ ਜਾਣ ਸਕਦੇ ਹੋ, ਤੁਸੀਂ ਵੀ ਪਰਮੇਸ਼ੁਰ ਦੇ ਨਾਲ ਇੱਕ ਨਵੇਂ ਰਿਸ਼ਤੇ ਦੇ ਵਿੱਚ ਆ ਸਕਦੇ ਹੋ, ਅਤੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਬਰਕਤਾਂ ਨੂੰ ਪਾ ਸਕਦੇ ਹੋ। ਜੇ ਤੁਸੀਂ ਇਸ ਪਰਮੇਸ਼ੁਰ ਦੇ ਬਾਰੇ ਹੋਰ ਜਾਣਕਾਰੀ ਨੂੰ ਹਾਸਲ ਕਰਨਾ ਚਾਹੁੰਦੇ ਹੋ, ਇਸ ਵੇਲੇ ਕਾਲ ਕਰ ਸਕਦੇ ਹੋ ਇਸ ਨੰਬਰ 'ਤੇ ਜਿਹੜਾ ਤੁਹਾਡੇ ਸਕਰੀਨ 'ਤੇ ਦਿੱਤਾ ਜਾ ਰਿਹਾ ਹੈ। ਕਾਲ ਅਸ ਰਾਈਟ ਨਾਓ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਤੁਸੀਂ ਕੱਲ੍ਹ ਨੂੰ ਵੀ ਸਾਡਾ ਪ੍ਰੋਗਰਾਮ ਦੇਖਣਾ ਬਿਲਕੁਲ ਨਾ ਭੁੱਲਣਾ, ਕਿਉਂਕਿ ਕੱਲ੍ਹ ਹੈ ਸ਼ੁੱਕਰਵਾਰ। ਇਸ ਦਿਨ ਅਸੀਂ ਤੁਹਾਨੂੰ ਪ੍ਰੇਰਿਤ ਕਰਨ ਵਾਲੀ ਕਹਾਣੀ ਤਾਂ ਦਿਖਾਵਾਂਗੇ ਹੀ, ਨਾਲ ਦੀ ਨਾਲ ਇੱਕ ਖਾਸ ਵਿਸ਼ੇ ਦੇ ਉੱਤੇ ਵੀ ਹੋਵੇਗੀ ਖਾਸ ਪ੍ਰਾਰਥਨਾ, ਔਰ ਉਹ ਵੀ ਸਿਰਫ ਤੁਹਾਡੇ ਲਈ। ਦੋਸਤੋ, ਅੱਜ ਲਈ ਬਸ ਇੰਨਾ ਹੀ। ਹੁਣ ਸਮਾਂ ਆ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਆਪਣਾ ਖਿਆਲ ਰੱਖਣਾ। ਜਾਂਦੇ ਜਾਂਦੇ ਤੁਹਾਡੇ ਲਈ ਲੈ ਕੇ ਆਇਆ ਪਰਮੇਸ਼ੁਰ ਦੀ ਮਹਿਮਾ ਦੇ ਵਿੱਚ ਇਸ ਗੀਤ ਨੂੰ। ਤੁਸੀਂ ਇਸ ਦਾ ਆਨੰਦ ਮੰਨੋ, ਆਪਣਾ ਖਿਆਲ ਰੱਖੋ। ਗੋਡ ਬਲੈਸ ਯੂ ਆਲ। ਜੈ ਮਸੀਹ ਦੀ। ਕਿਆ ਦੇ ਸਕਤਾ, ਕਿਆ ਲਾ ਸਕਤਾ, ਕਹਿਤਾ ਤੁਝੇ ਬਸ ਸ਼ੁਕਰੀਆ। ਕਿਆ ਦੇ ਸਕਤਾ, ਕਿਆ ਲਾ ਸਕਤਾ,